ਜ਼ਰਾ ਸੋਚੋ ਜੇ ਕੋਈ ਇਨਸਾਨ ਕਿਸੇ ਦੂਸਰੇ ਇਨਸਾਨ ਦੇ ਕਤਲ ਦੇ ਮਾਮਲੇ ਵਿੱਚ 11 ਸਾਲਾਂ ਤੋਂ ਕਚਹਿਰੀਆਂ ਦੇ ਚੱਕਰ ਕੱਢਦਾ ਹੋਵੇ ਤੇ ਅਚਾਨਕ ਇੱਕ ਦਿਨ ਕਤਲ ਕੀਤਾ ਹੋਇਆ ਇਨਸਾਨ ਉਹਦੇ ਸਾਹਮਣੇ ਆ ਕੇ ਖੜਾ ਹੋ ਜਾਏ ਤਾਂ ਕਚਹਿਰੀਆਂ ਦੇ 11 ਸਾਲ ਚੱਕਰ ਕੱਟਣ ਵਾਲੇ ਇਨਸਾਨ ਤੇ ਕੀ ਬੀਤੇਗੀ। ਕੁਝ ਇਸੇ ਤਰ੍ਹਾਂ ਦਾ ਇੱਕ ਮਾਮਲਾ ਜਲੰਧਰ ਦੇਹਾਤੀ ਪੁਲਿਸ ਤੇ ਥਾਣਾ ਲਾਂਬੜੇ ਦੀ ਪੁਲਿਸ ਨੇ ਹੱਲ ਕੀਤਾ ਹੈ। ਜਿਸ ਪਤੀ ਦੇ ਅਗਵਾ ਤੇ ਕਤਲ ਦੇ ਆਰੋਪ ਵਿੱਚ 11 ਸਾਲਾਂ ਤੋਂ ਪਤਨੀ ਅਦਾਲਤ ਵਿੱਚ ਤਰੀਕਾ ਭੁਗਤ ਰਹੀ ਸੀ, ਉਸੇ ਪਤੀ ਨੂੰ ਜਲੰਧਰ ਦੇ ਲਾਂਬੜਾ ਥਾਣੇ ਦੀ ਪੁਲਿਸ ਨੇ ਪਤਨੀ ਅੱਗੇ ਜ਼ਿੰਦਾ ਖੜਾ ਕਰ ਦਿੱਤਾ। 11 ਸਾਲਾਂ ਤੋਂ ਗੁੰਮ ਪਤੀ ਨੂੰ ਆਪਣੇ ਸਾਹਮਣੇ ਖੜਾ ਵੇਖ ਕੇ ਇਹ ਮਹਿਲਾ ਰਵਿੰਦਰ ਕੌਰ ਹੈਰਾਨ ਹੀ ਰਹਿ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਲਾਂਬੜਾ ਦੇ SHO ਪੁਸ਼ਪ ਬਾਲੀ ਨੇ ਦੱਸਿਆ, ਰਵਿੰਦਰ ਕੌਰ ਨਾਮ ਦੀ ਇਹ ਔਰਤ UP ਦੀ ਰਹਿਣ ਵਾਲੀ ਹੈ। ਰਵਿੰਦਰ ਕੌਰ ਦਾ ਪਤੀ ਅੱਜ ਤੋਂ 11 ਸਾਲ ਪਹਿਲਾਂ UP ਵਿਖੇ ਬਰੇਲੀ ਤੋਂ ਲਾਪਤਾ ਹੋ ਗਿਆ ਸੀ, ਜਿਸ ਨੂੰ ਕਿ ਪਹਿਲਾਂ ਤਾਂ ਖੂਬ ਤਲਾਸ਼ ਕੀਤਾ ਗਿਆ। ਜਦੋਂ ਨਹੀਂ ਮਿਲਿਆ ਤਾਂ ਰਵਿੰਦਰ ਕੌਰ ਦੇ ਪਤੀ ਜਗਜੀਤ ਸਿੰਘ ਦੇ ਪਿਤਾ ਨੇ ਰਵਿੰਦਰ ਕੌਰ, ਉਸਦੇ ਪਿਤਾ ਤੇ ਉਸਦੇ ਭਰਾ ਉੱਤੇ ਅਗਵਾ ਤੇ ਹੱਤਿਆ ਕਰਨ ਦਾ ਮਾਮਲਾ ਦਰਜ ਕਰ ਲਿਆ ਸੀ। ਰਵਿੰਦਰ ਕੌਰ ਨੂੰ ਪੂਰਾ ਯਕੀਨ ਸੀ ਕਿ ਉਸਦਾ ਪਤੀ ਜ਼ਿੰਦਾ ਹੈ। ਇਸ ਬਾਰੇ ਉਸਨੇ ਅਦਾਲਤ ਦੇ ਵਿੱਚ ਗੁਹਾਰ ਲਗਾਈ ਅਤੇ ਉਧਰ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾਉਂਦੇ ਹੋਏ ਰਵਿੰਦਰ ਕੌਰ ਦੇ ਪਤੀ ਨੂੰ ਲਾਂਬੜੇ ਇਲਾਕੇ ਦੇ ਵਿੱਚ ਇੱਕ ਢਾਬੇ ਤੋਂ ਬਰਾਮਦ ਕਰ ਲਿਆ। ਫਿਲਹਾਲ ਪੁਲਿਸ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਕਰ ਰਹੀ ਹੈ। ਰਵਿੰਦਰ ਕੌਰ ਜਿੱਥੇ ਇਸ ਪੂਰੇ ਮਾਮਲੇ ਵਿੱਚ ਪੁਲਿਸ ਦਾ ਧੰਨਵਾਦ ਅਦਾ ਕਰ ਰਹੀ ਹੈ, ਉੱਥੇ ਉਸਨੂੰ ਇਸ ਗੱਲ ਦਾ ਸਕੂਨ ਵੀ ਮਿਲਿਆ ਹੈ ਕਿ ਉਹ ਕੋਰਟ ਕਚਹਿਰੀਆਂ ਦੇ ਚੱਕਰ ਤੋਂ ਬਚ ਗਈ ਹੈ। ਕੀ ਸੀ ਮਾਮਲਾ ਜਿਹੜਾ ਬੰਦਾ ਤੁਸੀਂ ਫੜਿਆ? ਇਹ ਇੱਕ ਕੋਰਟ ਆਰਡਰ ਸਾਨੂੰ ਆਇਆ ਸੀਗਾ ਫੈਜ਼ਾਬਾਦ ਕੋਰਟ ਵੱਲੋਂ, ਫੈਮਿਲੀ ਕੋਰਟ ਵੱਲੋਂ SSP ਸਾਹਿਬ ਨੂੰ, ਜਿਹੜਾ ਇਹਨੇ ਸਾਨੂੰ ਮਾਰਕ ਕੀਤਾ ਸੀਗਾ ਵੀ ਇਹ ਕੰਡੀਸ਼ਨਲ ਵਾਰੰਟ ਹੈ 4,32,000 ਦਾ, ਅਤੇ ਇਸ ਬੰਦੇ ਕੋਲੋਂ ਲੱਭ ਕੇ ਅਤੇ ਇਹਨਾਂ ਦੀ ਮਦਦ ਕੀਤੀ ਜਾਵੇ। ਜੋ ਇਸ ਦੇ ਸੰਬੰਧੀ ਇਹਨਾਂ ਦੀ ਜਿਹੜੀ ਉਹ ਵਾਈਫ ਹੈ ਰਜਿੰਦਰ ਕੌਰ, ਉਹ ਵੀ ਥਾਣੇ ਆਈ, ਜਿਸ ਨੇ ਜਦੋਂ ਆਪਣੀ ਆਪ ਬੀਤੀ ਸੁਣਾਈ ਅਤੇ ਵਿਆਹ ਮੇਰਾ ਸਰਦਾਰ ਸੀਗੇ ਸਰਦਾਰ ਸਾਹਿਬ, ਉਹ ਹੁਣ ਘਰੋਂ ਗਾਇਬ ਹੋ ਗਏ 11 ਸਾਲ ਨੂੰ, ਅਤੇ ਮੇਰੇ ਉੱਤੇ ਜਿਹੜਾ ਅਪਹਰਨ ਅਤੇ ਮਰਡਰ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਵਾ, ਜਿਸਦੀ ਅੱਗੇ ਤਰੀਕ 10/10/19 ਪਈ ਆ, ਮੈਂ ਸੋਚਿਆ ਵੀ ਬੜਾ ਇੰਟਰਸਟਿੰਗ ਜਿਹਾ ਕੇਸ ਆ ਅਤੇ ਇਹਦੇ ਵਿੱਚ ਇਹਦੀ ਮਦਦ ਕਰਨੀ ਚਾਹੀਦੀ ਹੈ। ਅਸੀਂ ਜਿਹੜੇ ਸਪੈਸ਼ਲ ਟੀਮ ਲਾ ਕੇ ਇਹਨੂੰ ਲੱਭ ਕੇ ਅਤੇ ਇਹਨਾਂ ਦੇ ਹੈਂਡਲ ਕਰ। ਟਰੂ ਸਕੂਪ ਤੋਂ ਅੰਮ੍ਰਿਤਪਾਲ ਸਿੰਘ ਦੀ ਰਿਪੋਰਟ।